ਹਾਂਜੀ, ਇਹ ਸਾਡੀ ਸੰਡੇ ਦੀ ਡਰਾਈਵ ਹੈ, 28th April 2024 ਦੀ। ਇਹ ਓਮੈਕਸ ਟ੍ਰੇਟਾਰ ਤੋਂ ਸ਼ੁਰੂ ਹੋ ਰਹੀ ਹੈ, ਸਾਡਾ ਅਸੈਂਬਲੀ ਪੁਆਇੰਟ ਸੀਗਾ, ਅਤੇ ਇਹ ਮਿਰਜ਼ਾਪੁਰ ਡੈਮ ਵੱਲ ਨੂੰ ਜਾ ਰਿਹਾ। ਓਬਰੋਏ ਸੁਖਫਲਾਸ ਦੇ ਨੇੜੇ ਹੈਗਾ ਪਿੰਡ ਗੁੱਚੜ ਦੇ ਨੇੜੇ ਨਿਊ ਚੰਡੀਗੜ੍ਹ 'ਚ। ਇਸੇ ਰੋਡ 'ਤੇ ਸਿੱਧਾ ਜਾਣਾ ਜੀ, ਬੱਤੀ ਕੁਰਾਲੀ ਦੀ ਇੰਟਰਸੈਕਸ਼ਨ ਤੱਕ, ਉਹਨੂੰ ਸਿੱਧੇ ਉੱਥੋਂ ਵੀ ਸਿੱਧੇ ਨਿਕਲ ਜਾਣਾ ਅਤੇ ਆ ਖੇਤਾਂ ਵਾਲੀ ਰੋਡ ਸ਼ੁਰੂ ਹੋ ਜੂਗੀ। ਇੱਥੋਂ ਹੀ ਟਰੈਕ ਸ਼ੁਰੂ ਹੁੰਦਾ ਅਤੇ ਬਾਕੀ ਸਾਰੇ ਟਰੈਕਸ ਦੀ ਤਰ੍ਹਾਂ ਇਹ ਵੀ ਰਿਵਰ ਬੈੱਡ ਦਾ ਟਰੈਕ ਹੈ। ਇੱਥੇ ਅਸੀਂ 2 ਮਿੰਟ ਲਈ ਰੁਕੇ ਸੀ 4 ਹਾਈ ਇੰਗੇਜ ਕਰਨ ਲਈ, ਕਿਉਂਕਿ ਫਸਣ ਤੋਂ ਪਹਿਲਾਂ ਪਾ ਲਈਏ ਤਾਂ ਉਹਦੀ ਤਾਂ ਕੋਈ ਰੀਸ ਹੀ ਨਹੀਂ। ਇੱਥੇ ਅਸੀਂ ਥੋੜ੍ਹੀ ਦੇਰ ਰੁਕੇ ਸੀ, ਥੋੜ੍ਹੀ ਐਨਰਜੀ ਇਕੱਠੀ ਕਰਨ ਲਈ, ਗੱਲਾਂ ਗੁੱਲਾਂ ਕਰਨ ਲਈ, ਥੋੜ੍ਹਾ ਬ੍ਰੇਕਫਾਸਟ ਕਰਨ ਲਈ, ਅਤੇ ਇੱਕ ਮੈਂਬਰ ਦੀ ਅਸੀਂ ਵੇਟ ਕਰ ਰਹੇ ਸੀ। ਤਾਂ ਆਹ ਮਾਹੌਲ ਹੈ ਜੀ ਇੱਥੇ ਜਿੱਥੇ ਰੁਕੇ ਸੀ, ਸਭ ਤੋਂ ਪਹਿਲਾ ਸਟੋਪ। ਹੁਣ ਇੱਥੋਂ ਅੱਗੇ ਜਾ ਰਹੇ ਹਾਂ ਟਰੈਕ ਐਕਸਪਲੋਰ ਕਰਨ ਲਈ, ਬਣੇ ਰਹੋ। ਇਹ ਮੇਨਲੀ ਫੋਰੈਸਟ ਏਰੀਆ ਸਾਰਾ, ਅਤੇ ਰੇਤ ਰੇਤ ਦਾ ਟਰੈਕ ਹੈ, ਕਿਤੇ ਕਿਤੇ ਫਾਰਮ ਹਾਊਸਿਸ ਬਣੇ ਹੋਏ ਆ,
ਜਿਹੜੇ ਚੰਗੇ ਪੁਰਾਣੇ ਟਾਈਮਾਂ 'ਤੇ ਕਿਸੇ ਨੇ ਚੰਗੀ ਇਨਵੈਸਟਮੈਂਟ ਕਰ ਲਈ ਉਹਨਾਂ ਨੇ ਲਏ ਹੋਏ ਆ। ਇੱਥੇ ਅਸੀਂ 2 ਮਿੰਟ ਲਈ ਰੁਕੇ ਸੀ ਸਲਾਹ ਕਰਨ ਨੂੰ ਵੀ ਸੱਜੇ ਜਾਈਏ ਕਿ ਖੱਬੇ ਜਾਈਏ, ਫਿਰ ਅਸੀਂ ਖੱਬੇ ਲੰਘੇ। ਇੱਥੇ ਜੀ ਜਿਮਨੀ ਵਾਲੇ ਬਾਈ ਜੀ ਨੇ ਸਾਨੂੰ ਓਵਰਟੇਕ ਕਰ ਲਿਆ, ਬੜੇ ਤੱਤੇ ਸੀ ਅੱਗੇ ਜਾਣ ਨੂੰ ਅਤੇ ਅੱਗੇ ਹੀ ਨੇ ਜੀ ਹੁਣ, ਅਤੇ ਜਿਮਨੀ ਅੱਗੇ ਆਉਣ ਨਾਲ ਅਤੇ ਚਿੱਟੇ ਰੰਗ ਦੀ ਕੋਈ ਗੱਡੀ ਹੈ ਸਾਡੇ ਗਰੁੱਪ ਜਿਹੜੇ ਅੱਜ ਆਏ ਸੀ ਉਹਨਾਂ 'ਚੋਂ, ਸੋ ਵਿਊ ਥੋੜ੍ਹਾ ਜਿਹਾ ਵਧੀਆ ਹੋ ਗਿਆ, ਰਿਫਰੈਸ਼ ਹੋ ਗਿਆ। ਬਾਕੀ ਤੁਸੀਂ ਦੇਖ ਸਕਦੇ ਹੋ ਜਿਮਨੀ ਵਾਲੇ ਬਾਈ ਜੀ ਹਾਲੇ ਵੀ ਪੂਰੇ ਤੱਤੇ ਨੇ, ਰਾਹ ਬੰਦ ਹੋਇਆ ਤਾਂ ਪਾਸਿਓਂ ਚੜ੍ਹਾ ਲਈ। ਇੱਥੇ ਵੈਸੇ ਇੱਕ ਰਸਤਾ ਸਿੱਧਾ ਵੀ ਜਾ ਰਿਹਾ ਅਤੇ ਉਹ ਸਿੱਧੀ ਚੜ੍ਹਾਈ ਸੀਗੀ, ਸੋ ਮੈਂ 4-low ਇੰਗੇਜ ਕਰ ਲਿਆ ਸੀ ਅਤੇ 4-low ਦੇ ਵਿੱਚ ਸਪੀਡ 15-18 ਤੱਕ ਰੱਖੀ ਦੀ ਹੈ, ਅਤੇ ਇਸ ਕਰਕੇ ਮੈਂ ਸਲੋ ਜਾ ਰਿਹਾ, ਪਰ ਇਹ ਟਰੈਕ 4-high ਦਾ ਹੀ ਆ। ਇੱਥੇ ਪੱਥਰ ਥੋੜ੍ਹੇ ਜਿਹੇ ਵੱਡੇ ਸੀਗੇ, ਪਾਣੀ ਦਾ ਰਸਤਾ ਹੈ ਇਹ, ਅਤੇ ਇਸ ਕਰਕੇ ਥੋੜ੍ਹੇ ਜਿਹੇ ਕਲੋਜ਼ ਅਪ ਸ਼ੋਟਸ ਨੇ ਵੀ ਗੱਡੀਆਂ ਕਿੱਦਾਂ ਨਿਕਲ ਰਹੀਆਂ।
ਇੱਥੇ ਮੈਂ ਸਾਈਡ 'ਤੇ ਲਾ ਲਈ ਸੀ ਕਿਉਂਕਿ ਮੈਂ ਪਹਿਲਾਂ ਫੋਰਲੋ ਪਾ ਲਿਆ ਸੀ, ਪਰ ਇਹ ਟਰੈਕ 4 ਹਾਈ ਦਾ, ਸੋ ਫੋਰਲੋ 'ਤੇ ਭਜਾਣੀ ਬਿਲਕੁਲ ਵੀ ਰਿਕਮੈਂਡਡ ਨਹੀਂ ਹੈ। ਸਾਈਡ 'ਤੇ ਲਾ ਕੇ 4 ਹਾਈ ਪਾ ਕੇ ਫਿਰ ਜਿੱਥੇ ਮਰਜ਼ੀ ਜਾਓ। ਇੱਥੋਂ 360 ਡਿਗਰੀ ਵਿਊ ਹੈ ਇਸੇ ਟਰੈਕ ਦਾ, ਅਤੇ 360 ਵਿਊ ਵਾਸਤੇ ਸ਼ੀਸ਼ਾ ਸਾਰਾ ਥੱਲੇ ਕਰਨਾ ਪੈਂਦਾ, ਅਤੇ ਮਿੱਟੀ ਪੂਰੀ ਹੈਗੀ ਹੈ ਇਸ ਟਰੈਕ 'ਤੇ। ਸੋ ਇੰਨੇ ਕੁ ਚਿਕਨ ਟੈਂਟ ਪਿੱਛੇ ਅਸੀਂ ਗੱਡੀ ਸਾਰੀ ਮਿੱਟੀ ਦੀ ਭਰ ਲਈ। ਇੱਥੋਂ ਅਸੀਂ ਇਸ ਟਰੈਕ ਤੋਂ ਬਾਹਰ ਨਿਕਲ ਰਹੇ ਹਾਂ, ਅਤੇ ਇੱਥੋਂ ਅੱਗੇ ਡੈਮ ਵਾਲੀ ਸਾਈਡ ਜਿੱਥੇ ਪਾਣੀ ਹੈ ਅਤੇ ਉਹ ਉਧਰਲੀ ਸਾਈਡ ਨੂੰ ਜਾ ਰਹੇ ਹਾਂ, ਕਿਉਂਕਿ ਮਿੱਟੀ ਅਸੀਂ ਬਹੁਤ ਦੇਖ ਲਈ ਅਤੇ ਹੁਣ ਬਸ ਤਸੱਲੀਆਂ ਹੋਈਆਂ ਪਈਆਂ ਨੇ ਸਾਰਿਆਂ ਦੀਆਂ।
ਇੱਥੋਂ ਡੈਮ ਨੂੰ ਰਸਤਾ ਨਿਕਲਦਾ, ਇਹਦੀ ਲੋਕੇਸ਼ਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ। ਅਤੇ ਵਧੀਆ ਮਿੱਟੀ ਹੈ ਇੱਥੇ, ਥੱਲੇ ਉਹਦੇ ਪਾਣੀ ਹੈ, ਜਿੱਥੇ ਖੜ ਜਾਓ ਗੱਡੀ ਉੱਥੇ ਹੀ ਦੱਬ ਜਾਂਦੀ ਹੈ। ਅੱਗੇ ਸਾਰੇ ਮਿੱਟੀ ਦੇ ਵਿਊ ਨੇ, ਅਤੇ ਮਿੱਟੀ ਆਪ ਵੀ ਉੱਡ ਰਹੀ ਸੀ, ਬਾਕੀ ਰਹਿੰਦੀ ਕਸਰ ਅਸੀਂ ਵੀ ਨਹੀਂ ਛੱਡੀ, ਬਾਕੀ ਦੇਖ ਸਕਦੇ ਹੋ ਤੁਸੀਂ। ਬਸ ਇੱਥੇ ਇੱਕ ਤੱਕ ਆਉਣ ਤੱਕ ਸਾਰੀਆਂ ਦੀ ਗੱਡੀਆਂ ਦੇ ਰੰਗ ਬਦਲ ਚੁੱਕੇ ਸੀ, ਸਾਰੇ ਮਿੱਟੀ 'ਚ ਰੰਗੇ ਗਏ ਸੀ। Thank you.
कहा कि मेरे हक में फैसला करो? मैंने कब कहा कि मेरे हक में फैसला करे? तो मुझसे खुश नहीं है तो मुझे जुदा करे। मैं जिस कदर उसके साथ गुजारता हूँ जिंदगी, उसको तो चाहिए कि मेरा शुक्रिया अदा करे। बस माहौल तो बाद गड्डियां फसनियां शुरू हो गया सी, ते सारा दिन असी इत्थे लाता सी गड्डियां कड्डन च, ते फिर अगला दिन भी। थैंक यू।